ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਜੋ ਪਰਸਨ 2024 ਦੇ ਵਿੱਚ ਆਸਟ੍ਰੇਲੀਆ ਟਰੈਵਲ ਕਰਨਾ ਚਾਹੁੰਦੇ ਨੇ ਉੱਥੇ ਮੂਵ ਹੋਣਾ ਚਾਹੁੰਦੇ ਨੇ ਵੀ ਜੋ ਨਿਊ ਰੂਲ ਦੇ ਮੁਤਾਬਿਕ ਉਹਨੂੰ ਆਸਟ੍ਰੇਲੀਆ ਉੱਪਰ ਮੂਵ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਉੱਥੇ ਜਾ ਕੇ ਆਪਣੇ ਵੀਜ਼ਾ ਨੂੰ ਕਨਵਰਟ ਕਰਵਾ ਸਕਦੇ ਨੇ ਜਾਂ ਨਹੀਂ ਕਰਵਾ ਸਕਦੇ ਉਹਦੂ ਐਕਸਟਰਾ ਆਸਟ੍ਰੇਲੀਆ ਰੀਸੈਂਟਲੀ ਕਿਓਜੀ ਫਾਈਲਾਂ ਨੂੰ ਵੀਜ਼ਾ ਪ੍ਰੋਵਾਈਡ ਕਰ ਰਿਹਾ ਹੈ ਤੇ ਜੋ ਪਰਸਨ ਓਨ ਟਾਈਮ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਆਸਟ੍ਰੇਲੀਆ ਦਾ ਉਹਦਾ ਅਪਰੂਵਲ ਰੇਟ ਕੀ ਹੈ ਅੱਜ ਦੀ ਵੀਡੀਓ ਇੱਕ ਇਨਫੋਰਮੇਟਿਵ ਵੀਡੀਓ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਉਹ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦਿਓ ਤੇ ਜਿਨ੍ਹਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਸ ਨਾਲ ਆਨਲਾਈਨ ਟਾਈਮ ਦੇ ਵਿੱਚ ਤੁਹਾਡੇ ਤੱਕ ਇਨਫੋਰਮੇਟਿਵ ਵੀਡੀਓ ਪਹੁੰਚ ਸਕਣ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਨਿਊ ਰੂਲ ਜੋ ਆਏ ਨੇ ਵੀ 1 ਜੁਲਾਈ ਤੋਂ ਹੁਣ ਕੋਈ ਵੀ ਪਰਸਨ ਆਸਟ੍ਰੇਲੀਆ ਵਿੱਚ ਜਾ ਕੇ ਆਪਣੇ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਾਂ ਕਿਸੇ ਵੀ ਅਨ ਜਿੱਦ ਤੱਕ ਪਹਿਲਾਂ ਹਰ ਇੱਕ ਪਰਸਨ ਵਿਦਾਊਟ ਕੰਡੀਸ਼ਨ ਜਿਹਨਾਂ ਦਾ ਵੀਜ਼ਾ ਅਪਰੂਵ ਹੋ ਕੇ ਆਉਂਦਾ ਸੀ ਉਹ ਪਰਸਨ ਆਸਟ੍ਰੇਲੀਆ ਵਿੱਚ ਜਾ ਕੇ ਆਪਣੀ ਸਟੱਡੀ ਵੀਜ਼ਾ ਵਿੱਚ ਕਨਵਰਟ ਕਰਵਾ ਸਕਦੇ ਸਨ ਨੋਰਮਲ ਜੀ ਪ੍ਰੋਸੈਸਿੰਗ ਫੀਸ ਪੇ ਕਰਕੇ ਬਟ ਹੁਣ ਤੁਸੀਂ ਆਪਣਾ ਆਸਟ੍ਰੇਲੀਆ ਵਿੱਚ ਜਾ ਕੇ ਆਪਣਾ ਵੀਜ਼ਾ ਨੂੰ ਕਨਵਰਟ ਨਹੀਂ ਕਰਵਾ ਸਕਦੇ ਇੰਪੋਸੀਬਲ ਹੈ ਹੁਣ ਤੁਸੀਂ ਜੇ ਆਸਟ੍ਰੇਲੀਆ ਮੂਵ ਹੋਣਾ ਚਾਹੁੰਦੇ ਹੋ ਇਸ ਕਰਕੇ ਜੇ ਤੁਸੀਂ ਔਨਲਾਈਨ ਟਾਈਮ ਦੇ ਵਿੱਚ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ ਤੁਸੀਂ ਇਹ ਸੋਚ ਕੇ ਜਾਓ ਵੀ ਤੁਸੀਂ ਓਨਲੀ ਵਿਜ਼ਿਟ ਵੀਜ਼ਾ ਦੇ ਉੱਤੇ ਜਾ ਰਹੇ ਹੋ ਵਿਜ਼ਿਟ ਕਰਨ ਵਾਸਤੇ ਜਾ ਰਹੇ ਹੋ ਤੇ ਰਿਟਰਨ ਆਪਣੀ ਹੋਮ ਕੰਟਰੀ ਫੋਨ ਨੰਬਰ 2 ਦੇ ਆਪਾਂ ਗੱਲ ਕਰਾਂਗੇ ਵੀ ਆਸਟ੍ਰੇਲੀਆ ਸੈਂਡਲੀ ਕਿਓਜੀ ਫਾਈਲ ਨੂੰ ਵੀਜ਼ਾ ਪ੍ਰੋਵਾਈਡ ਕਰ ਰਿਹਾ ਹੈ ਜੇ ਆਪਾਂ ਗੱਲ ਕਰੀਏ 1 ਜੁਲਾਈ ਤੋਂ ਆਫਟਰ 1 ਜੁਲਾਈ ਹੁਣ ਆਸਟ੍ਰੇਲੀਆ ਦਾ ਜੋ ਅਪਰੂਵਲ ਰੇਟ ਹੈ ਉਹ ਬਹੁਤ ਵਧੀਆ ਵੇਖਣ ਨੂੰ ਮਿਲ ਰਿਹਾ ਹੈ ਹੁਣ ਆਪਾਂ 1 ਜੁਲਾਈ ਤੋਂ ਬਾਅਦ ਦੀ ਗੱਲ ਕਰੀਏ ਆਸਟ੍ਰੇਲੀਆ ਓਵਲ ਟਾਈਮ ਦੇ ਵਿੱਚ ਵੀਜ਼ਾ ਬਹੁਤ ਜ਼ਿਆਦਾ ਪ੍ਰੋਵਾਈਡ ਕਰੇਗਾ ਕਿਉਂਕਿ ਹਰ ਇੱਕ ਪਰਸਨ ਹੁਣ ਟੂਰਿਸਟ ਵੀਜ਼ਾ ਤੇ ਜਾ ਕੇ ਆਸਟ੍ਰੇਲੀਆ ਉੱਥੇ ਆਪਣਾ ਵੀ ਟ੍ਰੈਵਲ ਕਰਕੇ ਰਿਟਰਨ ਆਪਣੀ ਹੋਮ ਕੰਟਰੀ ਵਿੱਚ ਆਏਗਾ ਇਸ ਕਰਕੇ ਆਸਟ੍ਰੇਲੀਆ ਓਵਲ ਟਾਈਮ ਦੇ ਵਿੱਚ ਵੀਜ਼ਾ ਬ ਤੇ ਇਹਦੇ ਬੈਨੀਫਿਟ ਕੀ ਨੇ ਜੇ ਤੁਸੀਂ ਰੀਸੈਂਟਲੀ ਆਨਵਰਡ ਟਾਈਮ ਦੇ ਵਿੱਚ ਜੇਸਟ ਇੰਡੀਆ ਗਵਰਨਮੈਂਟ ਵੀਜ਼ਾ ਤੇ ਜੋ ਅਪਰੂਵਲ ਰੇਟ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਵਿਦਾਂਦੀ ਹੈ ਤੇ ਉਹਦੇ ਵਿੱਚ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤੁਸੀਂ ਟਰੈਵਲ ਕਰਦੇ ਹੋ ਤੇ ਆਨਵਰਡ ਟਾਈਮ ਦੇ ਵਿੱਚ ਕਦੇ ਵੀ ਤੁਸੀਂ ਆਸਟ੍ਰੇਲੀਆ ਵਰਗੀ ਕੰਟਰੀ ਵਿੱਚ ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਦੁਬਾਰਾ ਕਦੇ ਵੀ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤੁਹਾਡਾ ਵੀਜ਼ਾ ਮਿਲਦੇ ਚਾਂਸਸ 99% ਹੋ ਜਾਣਗੇ ਇਸ ਕਰਕੇ ਇਸੇ ਕਲਾਈਂ ਨੂੰ ਇਹ ਸੁਜੈਸਟ ਕਰਾਂਗੇ ਵੀ ਜੇ ਆਨਲਾਈਨ ਟਾਈਮ ਦੇ ਵਿੱਚ ਆਸਟ੍ਰੇਲੀਆ ਵੀਜ਼ਾ ਪ੍ਰੋਵਾਈਡ ਕਰਨਾ ਸਟਾਰਟ ਕਰਦੀ ਹੈ ਵੀਜ਼ਾ ਜ਼ਿਆਦਾ ਦੇਣਾ ਸਟਾਰਟ ਕਰਦੀ ਹੈ ਤੇ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਇਹ ਲੈ ਕੇ ਇਕਵ ਟ੍ਰੈਵਲ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਵਰਲਡ ਦੀ ਇਕੁਇਕੈਸੀ ਕੰਟਰੀ ਹੈ ਆਸਟ੍ਰੇਲੀਆ ਜਿਹਦਾ ਵੀਜ਼ਾ ਲੈਣਾ ਆਈਟੀ ਟਾਈਮ ਦੇ ਵਿੱਚ ਬਹੁਤ ਉਪਕਾਰ ਹੈ ਤੇ ਜੇ ਓਵਰ ਟਾਈਮ ਦੇ ਵਿੱਚ ਆਸਟ੍ਰੇਲੀਆ ਵੀਜ਼ਾ ਪ੍ਰੋਵਾਈਡ ਕਰਦਾ ਹੈ ਤੇ ਭਾਵੇਂ ਤੁਹਾਨੂੰ ਉੱਥੇ ਜਾ ਕੇ ਤੁਸੀਂ ਕਨਵਰਟ ਨਹੀਂ ਕਰਵਾ ਸਕਦੇ ਫਿਰ ਵੀ ਤੁਸੀਂ ਇਸ ਛੇੜੇ ਦਾ ਵੀਜ਼ਾ ਅਪਲਾਈ ਕਰਕੇ ਉੱਥੇ ਜਾ ਕੇ ਟਰੈਵਲ ਕਰਕੇ ਆਪਣੇ ਰਿਟਰਨ ਜਰੂਰ ਆਓ ਜਿਹਦੇ ਨਾਲ ਓਵਰ ਟਾਈਮ ਦੇ ਵਿੱਚ ਤੁਹਾਨੂੰ ਆਸਟ੍ਰੇਲੀਆ ਕਦੇ ਵੀ ਵੀਜ਼ਾ ਵਾਸਤੇ ਨਾ ਨਾ ਕਰੇ ਹੁਣ ਆਪਾਂ ਗੱਲ ਕਰਾਂਗੇ ਕਿ ਜੇ ਤੁਸੀਂ ਯੂਕੇ ਵਿੱਚੋਂ ਸਾਈਪਰਸ ਜਾਂ ਕਿਸੇ ਵੀ ਅਨਦਰ ਕੰਟਰੀ ਵਿੱਚੋਂ ਤੁਸੀਂ ਸਟੂਡੈਂਟ ਵੀਜ਼ਾਤੇ ਹੋ ਤੁਸੀਂ ਆਸਟ੍ਰੇਲੀਆ ਮੂਵ ਹੋਣਾ ਚਾਹੁੰਦੇ ਹੋ ਤੇ ਤੁਹਾਡੇ ਵਾਸਤੇ ਬੈਸਟ ਟਾਈਮ ਹੈ ਆਫਟਰ 1 ਜੁਲਾਈ ਤੋਂ ਜੇ ਤੁਸੀਂ ਰੀਸੈਂਟਲੀ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਰਿਟਰਨ ਆਉਂਦੇ ਰੀਜ਼ਨ ਵਧੀਆ ਨੇ ਤਾਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਹੋ ਕਿਉਂਕਿ ਐਸ ਟਾਈਮ ਆਸਟ੍ਰੇਲੀਆ ਹੁਣ ਵੀਜ਼ਾ ਦੇਣਾ ਸਟਾਰਟ ਕਰੇਗਾ ਤੇ ਆਨਵਰਡ ਟਾਈਮ ਦੇ ਵਿੱਚ ਇਹ ਤੁਹਾਨੂੰ ਹੋਰ ਵਧੀਆ ਵੇਖਣ ਨੂੰ ਮਿਲੇਗਾ ਇਹਨਾਂ ਦਾ ਅਪਰੂਵਲ ਰੇਟ ਜੇ ਕੋਈ ਪਰਸਨ ਸਾਈਪ੍ਰਸ ਯੂਕੇ ਜਾਂ ਕਿਸੇ ਵੀ ਅਨਦਰ ਕੰਟਰੀ ਵਿੱਚ ਸਟੂਡੈਂਟ ਵੀਜ਼ਾ ਦਿਨੇ ਆਸਟ੍ਰੇਲੀਆ ਮੂਵ ਹੋਣਾ ਚਾਹੁੰਦੇ ਨੇ ਰੀਸੈਂਟਲੀ ਉਹ ਵੀਜ਼ਾ ਜ਼ਰੂਰ ਅਪਲਾਈ ਕਰ ਸਕਦੇ ਨੇ ਤੇ ਬੜਾ ਉੱਥੇ ਜਾ ਕੇ ਹੋਰ ਉਹ ਕਨਵਰਟ ਨਹੀਂ ਕਰਵਾ ਸਕਦੇ ਤੁਹਾਡੇ ਵਾਸਤੇ ਰੀਸੈਂਟਲੀ ਇਕਵ ਇਕ ਬੈਸਟ ਕ ਉਹ ਹੈ ਕੈਨੇਡਾ ਜੇ ਤੁਸੀਂ ਰੀਸੈਂਟਲੀ ਕੈਨੇਡਾ ਵਰਗੀ ਕੰਟਰੀ ਦਾ ਵੀ ਵੀਜ਼ਾ ਸਟੈਪ ਲਵਾ ਕੇ ਆਪਣੇ ਪਾਸਪੋਰਟ ਦੀ ਨਹੀਂ ਰੱਖਿਆ 2024 ਦੇ ਵਿੱਚ ਤੁਸੀਂ ਯੂਕੇ ਜਾਂ ਕਿਸੇ ਨਦਰ ਕੰਟਰੀ 'ਤੇ ਤੁਸੀਂ ਸਟੂਡੈਂਟ ਵੀਜ਼ਾ ਲਾਤੇ ਹੋ ਤੇ ਸਭ ਤੋਂ ਤੁਸੀਂ ਵੱਡੀ ਗਲਤੀ ਕਰ ਰਹੇ ਹੋ ਕਿਉਂਕਿ ਓਵਰ ਟਾਈਮ ਦੇ ਵਿੱਚ ਕੈਨੇਡਾ ਦੀ ਸਾਈਡ ਤੋਂ ਵੀ ਜੋ ਅਪਰੂਵਲ ਰੇਟ ਹੈ ਆਜੀ ਟਾਈਮ ਦੇ ਵਿੱਚ ਬਹੁਤ ਵਧੀਆ ਹੈ ਬਟ ਓਵਰ ਟਾਈਮ ਦੇ ਵਿੱਚ ਇਹ ਦੇਖਣ ਨੂੰ ਨਹੀਂ ਮਿਲੇਗਾ ਇਸ ਕਰਕੇ ਕੰਟਰੀ ਬਾਈ ਕੰਟਰੀ ਟਾਈਮ ਹੁੰਦਾ ਹੈ ਕਿਸੇ ਟਾਈਮ ਆਸਟ੍ਰੇਲੀਆ ਨੇ ਬਹੁਤ ਜ਼ਿਆਦਾ ਵੀਜ਼ੇ ਪ੍ਰੋਵਾਈਡ ਕੀਤੇ ਸਨ ਤੇ ਲਾਸਟ ਈਅਰ ਨਿਊਜ਼ੀਲੈਂਡ ਨੇ ਵੀ ਬਹੁਤ ਜ਼ਿਆਦਾ ਵੀਜ਼ੇ ਪ੍ਰੋਵਾਈਡ ਕੀਤੇ ਸ ਕਿ ਹੁਣ ਕੈਨੇਡਾ ਬਹੁਤ ਜਦਾ ਵੀਜ਼ਾ ਪ੍ਰੋਵਾਈਡ ਕਰ ਰਿਹਾ ਹੈ ਇਹ ਵੀ ਕੈਨੇਡਾ ਦਾ ਇੱਕ ਬੈਸਟ ਟਾਈਮ ਹੈ ਵੀਜ਼ਾ ਲੈਣ ਦਾ ਜੋ ਕਲੈਂਟਸ ਆਨਵਰਡ ਟਾਈਮ ਦੇ ਵਿੱਚ ਕੈਨੇਡਾ ਮੂਵ ਹੋਣਾ ਚਾਹੁੰਦੇ ਨੇ ਭਾਵੇਂ ਨਹੀਂ ਹੋਣਾ ਚਾਹੁੰਦੇ ਉਹਨਾਂ ਵਾਸਤੇ ਵੀ ਕੈਨੇਡਾ ਦਾ ਵੀਜ਼ਾ ਬਹੁਤ ਜ਼ਰੂਰੀ ਹੈ ਕਿਉਂਕਿ ਆਫਟਰ ਕੈਨੇਡਾ ਵੀਜ਼ਾ ਤੁਹਾਨੂੰ ਯੂਕੇ ਵੀਜ਼ਾ ਪ੍ਰੋਵਾਈਡ ਕਰਦੀ ਹੈ ਤੁਹਾਨੂੰ ਸ਼ੰਗਨ ਵੀਜ਼ਾ ਕੰਟਰੀਜ਼ ਵੀਜ਼ਾ ਪ੍ਰੋਵਾਈਡ ਕਰਦੀਆਂ ਨੇ ਤੁਹਾਨੂੰ ਅਨਦਰ ਕੰਟਰੀਆਂ ਵੀਜ਼ਾ ਪ੍ਰੋਵਾਈਡ ਕਰਦੀਆਂ ਨੇ ਕਿਉਂਕਿ ਆਫਟਰ ਕੈਨੇਡਾ ਵੀਜ਼ਾ ਦੀ ਜਿਸ ਸਟੈਂਪ ਤੁਹਾਡੇ ਪਾਸਪੋਰਟ ਤੇ ਲੱਗੀ ਹੈ ਤੁਹਾਡੀ ਟ੍ਰੈਵਲ ਹਿਸਟਰੀ ਬਹੁਤ ਸਟਰੋਂਗ ਮੰਨੀ ਜਾਂਦੀ ਹੈ ਕਿ ਜੇ ਤੁਸੀਂ ਔਨਲਾਈਨ ਟਾਈਮ ਦੇ ਵਿੱਚ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਯੂਕੇ ਆਸਟ੍ਰੇਲੀਆ ਕੈਨੇਡਾ ਸ਼ੰਗਨ ਜਾਂ ਯੂਐਸਏ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ